ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਸਰਬਜੀਤ ਸਿੰਘ ਢਕਬਾਸ ਆਪਣੀ YouTube ਚੈਨਲ ਤੇ ਆਪ ਸਭ ਦਾ ਹਾਰਦਿਕ ਸਵਾਗਤ ਕਰਦਾ ਮਾਸਟਰ ਕਾਰਡ ਸਮਾਜਿਕ ਸਿੱਖਿਆ ਪੰਜਾਬੀ ਅਤੇ ਲੈਕਚਰਾਰ ਪੰਜਾਬੀ ਦੀ ਤਿਆਰੀ ਕਰਨ ਦੇ ਲਈ ਸਾਡੇ YouTube ਚੈਨਲ ਦੇ ਨਾਲ ਜਰੂਰ ਜੁੜੋ ਜਿੰਨਾ ਵੀ ਸਾਥੀਆਂ ਨੇ ਹੁਣ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਉਹ ਵਿਦਿਆਪਕ ਸਾਥੀ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਤਾਂ ਕਿ ਨਵੀਂ ਤੋਂ ਨਵੀਂ ਜਾਣਕਾਰੀ ਤੁਹਾਡੇ ਤੱਕ ਪਹੁੰਚ ਸਕੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਮਾਸਟਰ ਕਾਰਡਰ ਪੰਜਾਬੀ ਦਾ ਬਹੁਤ ਹੀ ਮਹੱਤਵਪੂਰਨ ਟੌਪਿਕ ਆਧੁਨਿਕ ਕਾਪ ਭਾਗ ਤੀਜਾ ਇਸ ਤੋਂ ਪਹਿਲਾਂ ਅਸੀਂ ਆਧੁਨਿਕ ਕਾਪ ਦੇ ਦੋ ਭਾਗ ਆਪਣੇ ਚੈਨਲ ਤੇ ਅਪਲੋਡ ਕਰ ਚੁੱਕੇ ਹਾਂ ਆਪ ਸਭ ਨੇ ਉਹ ਵੀਡੀਓਜ਼ ਜਰੂਰ ਵੇਖ ਲੈਣੀਆਂ ਤਾਂ ਕਿ ਤੁਹਾਡਾ ਸਿਲੇਬਸ ਚੰਗੀ ਤਰ੍ਹਾਂ ਹੋ ਸਕੇ ਇਸ ਵੀਡੀਓ ਦੇ ਵਿੱਚ ਆਪਾਂ ਸਿਲੈਕਟ ਕੀਤੇ ਹਨ ਬਹੁਤ ਹੀ ਮਹੱਤਵਪੂਰਨ ਪੰਜਾਬ ਪ੍ਰਸ਼ਨ ਜੋ ਆਮ ਤੌਰ ਤੇ ਪਿਛਲੇ ਇਗਜ਼ਾਮ ਦੇ ਵਿੱਚ ਆ ਰਹੇ ਹਨ ਤੇ ਅੱਗੇ ਵੀ ਜਿਨ੍ਹਾਂ ਦੇ ਆਉਣ ਦੀ ਸੰਭਾਵਨਾ ਬਣੀ ਹੋਈ ਹੈ ਸੋ ਬਿਨਾ ਕਿਸੇ ਦੇਰੀ ਤੋਂ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਵੀਡੀਓ ਜੇਕਰ ਕੋਈ ਵੀ ਅਧਿਆਪਕ ਸਾਥੀ ਸਾਡੇ WhatsApp ਅਤੇ Telegram ਗਰੁੱਪ ਦੇ ਵਿੱਚ ਸ਼ਾਮਲ ਹੋਣਾ ਚਾਹੁੰਦਾ ਹੈ ਤੇ ਸਾਡੀਆਂ ਰੋਜ਼ਾਨਾ ਕਲਾਸਾਂ ਲਗਾਉਣਾ ਚਾਹੁੰਦਾ ਹੈ ਤਾਂ ਸਾਨੂੰ ਮੈਸੇਜ ਕਰ ਸਕਦੇ ਹੋ 97158800 ਸੋ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਵੀਡੀਓ ਅਵਤਾਰ ਪਾਸ ਦਾ ਜਨਮ ਕਦੋਂ ਹੋਇਆ ਸੀ ਸਤੰਬਰ 1950 ਜੁਲਾਈ 1950 ਨਵੰਬਰ 1950 ਅਤੇ ਨਵੰਬਰ 1951 ਕਦੋਂ ਹੋਇਆ ਸੀ ਜੀ ਜਨਮ ਅਵਤਾਰ ਪਾਸ ਦਾ ਨਵੰਬਰ 1950 ਦੇ ਵਿੱਚ ਨਿੱਕੀ ਨਿੱਕੀ ਵਾਸਨਾ ਕਾਪ ਸੰਗ੍ਰਹਿ ਕਿਸ ਦੀ ਰਚਨਾ ਹੈ ਪ੍ਰੋਫੈਸਰ ਮੋਹਨ ਸਿੰਘ ਅਵਤਾਰ ਪਾਸ ਭਾਈ ਵੀਰ ਸਿੰਘ ਉਪਰੋਕਤ ਵਿੱਚੋਂ ਕੋਈ ਵੀ ਨਹੀਂ ਸੋ ਰਾਈਟ ਹੈ ਜੀ ਪ੍ਰੋਫੈਸਰ ਮੋਹਨ ਸਿੰਘ ਕੱਲ ਨੂੰ ਸਾਡੇ ਵਟਸਐਪ ਗਰੁੱਪ ਦੇ ਵਿੱਚ ਇਸ ਵੀਡੀਓ ਦਾ ਟੈਸਟ ਵੀ ਲਿਆ ਜਾਵੇਗਾ ਸੋ ਚਾਹਵਾਨ ਦੇ ਪੱਖ ਸਾਥੀ ਜੋ ਟੈਸਟ ਦੇਣਾ ਚਾਹੁੰਦੇ ਹਨ ਉਹ ਵੀ ਸਾਡੇ ਵਟਸਐਪ ਗਰੁੱਪ ਦੇ ਵਿੱਚ ਸ਼ਾਮਲ ਹੋ ਸਕਦੇ ਹਨ ਹੇਠ ਲਿਖਿਆਂ ਵਿੱਚੋਂ ਅਵਤਾਰ ਪਾਸ ਦੀ ਕਿਹੜੀ ਰਚਨਾ ਨਹੀਂ ਹੈ ਲੋਕ ਕਥਾ ताजमहल उडदे बाजा मगर ਆਪਣੇ ਨਾਲ ਗੱਲਾਂ ਸੋ ਕਿਹੜੀ ਰਚਨਾ ਨਹੀਂ ਹੈ ਜੀ ताजमहल ਪ੍ਰੋਫੈਸਰ ਮੋਹਨ ਸਿੰਘ ਦੇ ਪਿਤਾ ਦਾ ਕੀ ਨਾਮ ਸੀ ਡਾਕਟਰ ਜੋਧ ਸਿੰਘ ਕਰਤਾਰ ਸਿੰਘ ਮੋਹਨ ਸਿੰਘ ਸੰਧੂ ਹਰਪਜਨ ਸਿੰਘ ਰਾਈਟ ਆਨਸਰ ਹੈ ਜੀ ਡਾਕਟਰ ਜੋਧ ਸਿੰਘ ਪ੍ਰੋਫੈਸਰ ਮੋਹਨ ਸਿੰਘ ਪੰਜ ਦਰਿਆ ਮਾਸਿਕ ਪੱਤਰ ਕਦੋਂ ਜਾਰੀ ਕੀਤਾ 1938 ਵਿੱਚ 1937 ਈਸਵੀ ਦੇ ਵਿੱਚ 1940 ਈਸਵੀ ਦੇ ਵਿੱਚ 1939 ਈਸਵੀ ਦੇ ਵਿੱਚ ਸੋ ਰਾਈਟ ਹੈ ਜੀ 1939 ਈਸਵੀ ਦੇ ਵਿੱਚ ਪ੍ਰੋਫੈਸਰ ਮੋਹਨ ਸਿੰਘ ਨੇ ਕਿਹੜੀ ਭਾਸ਼ਾ ਦੀ ਐਮਏ ਕੀਤੀ ਸੀ ਮਰਾਠੀ ਪੰਜਾਬੀ ਗੁਜਰਾਤੀ ਫਾਰਸੀ ਸੋ ਰਾਈਟਰ ਜੀ ਫਾਰਸੀ ਅਵਤਾਰ ਪਾਸ ਨੇ ਕਿਹੜੀ ਡਾਇਰੀ ਦੀ ਰਚਨਾ ਕੀਤੀ ਸੀ ਆਪਣੇ ਨਾਲ ਗੱਲਾਂ ਅਸਮਾਨ ਦਾ ਟੁਕੜਾ ਲੋਕ ਕਥਾ ਸਾਡੇ ਸਮਿਆਂ ਵਿੱਚ ਸੋ ਅਵਤਾਰ ਪਾਸ ਨੇ ਕਿਹੜੀ ਡਾਇਰੀ ਦੀ ਰਚਨਾ ਕੀਤੀ ਸੀ ਰਾਈਟ ਆਨਸਰ ਹੈ ਜੀ ਆਪਣੇ ਨਾਲ ਗੱਲਾਂ ਰਾਈਟ ਹੈ ਜੀ ਆਪਣੇ ਨਾਲ ਗੱਲਾਂ ਤਾਜ ਮਹਿਲ ਕਵਿਤਾ ਦੇ ਕਿੰਨੇ ਭਾਗ ਹਨ ਇੱਕ ਭਾਗ ਚਾਰ ਭਾਗ ਦੋ ਭਾਗ ਪੰਜ ਭਾਗ ਸੋ ਰਾਈਟ ਆਨਸਰ ਹੈ ਜੀ ਦੋ ਭਾਗ ਆਥਨ ਨੂੰ ਕਵਿਤਾ ਦੀ ਵਿਦਾ ਕਿਹੜੀ ਹੈ ਸੰਬੋਧਨੀ ਪ੍ਰਕਿਰਤੀ ਦਾ ਮਾਨਵਿਕਰਨ ਪਹਿਲਾ ਅਤੇ ਤੀਜਾ ਦੋਵੇਂ ਉਪਰੋਕਤ ਵਿੱਚੋਂ ਕੋਈ ਵੀ ਨਹੀਂ ਸੋ ਰਾਈਟ ਹੈ ਜੀ ਪਹਿਲਾ ਅਤੇ ਤੀਜਾ ਦੋਵੇਂ ਅਵਤਾਰ ਪਾਸ ਦੀ ਕਿਹੜੀ ਰਚਨਾ ਮਰਨ ਉਪਰੰਤ ਸਪੀ ਸਾਡੇ ਸਮਿਆਂ ਵਿੱਚ ਖਿਲਰੇ ਹੋਏ ਵਰਕੇ ਆਪਣੇ ਨਾਲ ਗੱਲਾਂ ਲੋਕ ਕਥਾ ਸੋ ਰਾਈਟ ਹੈ ਜੀ ਖਿਲਰੇ ਹੋਏ ਵਰਕੇ ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ ਕਿੰਨੇ ਪੜਾਵਾਂ ਵਿੱਚੋਂ ਲੰਗਦੀ ਹੈ ਚਾਰ ਪੜਾਵਾਂ ਵਿੱਚੋਂ ਦੋ ਪੜਾਵਾਂ ਵਿੱਚੋਂ ਤਿੰਨ ਪੜਾਵਾਂ ਵਿੱਚੋਂ ਸਿਰਫ ਇੱਕ ਪੜਾਅ ਦੇ ਵਿੱਚੋਂ ਸੋ ਰਾਈਟ ਆਨਸਰ ਹੈ ਜੀ ਤਿੰਨ ਪੜਾਵਾਂ ਦੇ ਵਿੱਚੋਂ ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ ਤਿੰਨ ਪੜਾਵਾਂ ਦੇ ਵਿੱਚੋਂ ਲੰਗਦੀ ਹੈ ਪ੍ਰੋਫੈਸਰ ਮੋਹਨ ਸਿੰਘ ਨੇ ਕਿਹੜਾ ਮਹਾਕਾਵਿ ਰਚਿਆ ਸੀ ਨਨਕਾਇਨ ਖੋਦੀ ਗਾਂਧੀ ਸਤੋਂ ਦੀ ਵੇਰੀ ਉਪਰੋਕਤ ਵਿੱਚੋਂ ਕੋਈ ਵੀ ਨਹੀਂ ਸੋ ਰਾਈਟ ਆਨਸਰ ਹੈ ਜੀ ਨਨਕਾਇਨ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਅਤੇ ਸ਼ੇਅਰ ਜਰੂਰ ਕਰਨਾ ਜੀ ਤਾਂ ਕਿ ਹੋਰ ਨਾ ਸਾਥੀਆਂ ਤੱਕ ਵੀਡੀਓ ਪਹੁੰਚ ਸਕੇ ਤੁਸੀਂ ਸਾਡੇ WhatsApp ਗਰੁੱਪ ਅਤੇ Telegram ਗਰੁੱਪ ਦੇ ਵਿੱਚ ਵੀ ਸ਼ਾਮਲ ਹੋ ਸਕਦੇ ਹੋ ਤੇ ਸਾਡੀਆਂ ਰੋਜ਼ਾਨਾ ਕਲਾਸਾਂ ਲਗਾ ਸਕਦੇ ਹੋ ਸ਼ਾਮਲ ਹੋਣ ਦੇ ਲਈ ਸਾਨੂੰ ਮੈਸੇਜ ਕਰ ਸਕਦੇ ਹੋ 971500 8800 ਪ੍ਰੋਫੈਸਰ ਮੋਹਨ ਸਿੰਘ ਦੀ ਦੂਜੀ ਪੜਾਅ ਦੀ ਰਚਨਾ ਕਿਹੜੀ ਹੈ ਸਾਵੇ ਪੱਤਰ ਆਵਾਜ਼ ਕਸੁੰਬੜਾ ਜੰਦਰੇ ਰਾਈਟ ਆਨਸਰ ਹੈ ਜੀ ਕਸੁੰਬੜਾ ਕੁੜੀ ਪੋਠੋਹਾਰ ਦੀ ਕਿਸ ਦੀ ਪ੍ਰਸਿੱਧ ਰਚਨਾ ਹੈ ਭਾਈ ਵੀਰ ਸਿੰਘ ਪ੍ਰੋਫੈਸਰ ਮੋਹਨ ਸਿੰਘ ਅਵਤਾਰ ਪਾਸ ਪ੍ਰੋਫੈਸਰ ਪੂਰਨ ਸਿੰਘ ਸੋ ਰਾਈਟ ਆਨਸਰ ਹੈ ਜੀ ਪ੍ਰੋਫੈਸਰ ਪੂਰਨ ਸਿੰਘ ਰਾਈਟ ਹੈ ਜੀ ਪ੍ਰੋਫੈਸਰ ਸੌਰੀ ਕੁੜੀ ਪੋਠੋਹਾਰ ਦੀ ਕਿਸ ਦੀ ਪ੍ਰਸਿੱਧ ਰਚਨਾ ਹੈ ਭਾਈ ਵੀਰ ਸਿੰਘ ਪ੍ਰੋਫੈਸਰ ਮੋਹਨ ਸਿੰਘ ਅਵਤਾਰ ਪਾਸ ਪ੍ਰੋਫੈਸਰ ਪੂਰਨ ਸਿੰਘ ਸੋ ਰਾਈਟ ਹੈ ਜੀ ਪ੍ਰੋਫੈਸਰ ਮੋਹਨ ਸਿੰਘ ਕੱਚ ਸੱਚ ਕਾਵ ਸੰਗ੍ਰਹਿ ਕਦੋਂ ਛਪਿਆ ਸੀ 1950 ਦੇ ਵਿੱਚ 1951 1949 1940 ਦੇ ਵਿੱਚ ਕਦੋਂ ਛਪਿਆ ਸੀ 1950 ਦੇ ਵਿੱਚ ਪ੍ਰੋਫੈਸਰ ਮੋਹਨ ਸਿੰਘ ਦੀ ਕਿਹੜੀ ਰਚਨਾ ਨੂੰ ਨਹਿਰੂ ਪੁਰਸਕਾਰ ਮਿਲਿਆ ਵੱਡਾ ਵੇਲਾ ਚਾਰ ਹੰਝੂ ਜਮੀਰ ਆਵਾਜ਼ਾਂ ਸੋ ਆਪਣਾ ਰਾਈਟ ਆਨਸਰ ਹੈ ਜੀ ਜਮੀਰ ਕੋਈ ਆਇਆ ਸਾਡੇ ਵਿਰੇ ਕਵਿਤਾ ਦੀ ਪ੍ਰધાન ਸੁਰ ਕੀ ਹੈ ਦੁਖਾਂਤਿਕ ਰੋਮਾਂਟਿਕ ਹਾਸਰਸੀ ਉਪਰੋਕਤ ਵਿੱਚੋਂ ਕੋਈ ਵੀ ਨਹੀਂ ਸੋ ਰਾਈਟ ਹੈ ਜੀ ਰੋਮਾਂਟਿਕ ਬੂਹੇ ਕਵਿਤਾ ਪ੍ਰੋਫੈਸਰ ਮੋਹਨ ਸਿੰਘ ਦੀ ਕਿਹੜੇ ਪੜਾਅ ਦੀ ਰਚਨਾ ਹੈ ਦੂਜੇ ਪੜਾਅ ਦੀ ਪਹਿਲੇ ਪੜਾਅ ਦੀ ਤੀਜੇ ਪੜਾਅ ਦੀ ਚੌਥੇ ਪੜਾਅ ਦੀ ਸੋ ਰਾਈਟ ਹੈ ਜੀ ਤੀਜੇ ਪੜਾਅ ਦੀ ਹੇਠ ਲਿਖਿਆਂ ਵਿੱਚੋਂ ਅਵਤਾਰ ਪਾਸ ਦੀਆਂ ਰਚਨਾਵਾਂ ਕਿਹੜੀਆਂ ਹਨ ਲੋਕ ਕਥਾ ਆਪਣੇ ਨਾਲ ਗੱਲਾਂ ਖਿਲਰੇ ਹੋਏ ਵਰਕੇ ਉਪਰੋਕਤ ਸਾਰੀਆਂ ਰਾਈਟ ਹੈ ਜੀ ਉਪਰੋਕਤ ਸਾਰੀਆਂ ਹੇਠ ਲਿਖਿਆਂ ਚੋਂ ਪ੍ਰੋਫੈਸਰ ਮੋਹਨ ਸਿੰਘ ਦਾ ਪ੍ਰਸਿੱਧ ਗੀਤ ਕਿਹੜਾ ਹੈ ਅੰਬੀ ਦੇ ਬੂਟੇ ਥੱਲੇ ਸਤੋਂ ਦੀ ਵੀਰੀ ਗੱਲ ਸੁਣੀ ਜਾ ਬਸੰਤ ਸੋ ਰਾਈਟ ਹੈ ਜੀ ਗੱਲ ਸੁਣੀ ਜਾ ਅਵਤਾਰ ਪਾਸ ਕਿਹੜੀ ਪ੍ਰਵਿਰਤੀ ਦਾ ਕਵੀ ਸੀ ਸਮਾਜਿਕ ਕ੍ਰਾਂਤੀਕਾਰੀ ਧਾਰਮਿਕ ਰਹੱਸਵਾਦੀ ਸੋ ਰਾਈਟ ਹੈ ਜੀ ਕ੍ਰਾਂਤੀਕਾਰੀ ਅਮਰਤਾ ਪ੍ਰੀਤਮ ਦਾ ਮਾਸਿਕ ਪੱਤਰ ਕਿਹੜਾ ਸੀ ਚਾਰ ਮੰਜ਼ਲਾ ਕਸਤੂਰੀ ਸਰਗੀ ਵੇਲਾ ਨਾਗਮਣੀ ਰਾਈਟ ਆਨਸਰ ਹੈ ਜੀ ਨਾਗਮਣੀ ਜਗਤਾਰ ਨੂੰ ਕਿਹੜੇ ਕਾਵ ਸੰਗ੍ਰਹਿ ਤੇ ਪੁਰਸਕਾਰ ਮਿਲਿਆ ਸੀ? ਜੁਗਨੂ ਦੀਵਾ ਤੇ ਦਰਿਆ ਰੁੱਤਾਂ ਰੰਗ ਲੀਆਂ ਕੈਕਸਾ ਸੀਸੇ ਦਾ ਜੰਗਲ ਸੋ ਰਾਈਟ ਆਨਸਰ ਹੈ ਜੀ ਜੁਗਨੂ ਦੀਵਾ ਤੇ ਦਰਿਆ ਜੰਗਨਾਮਾ ਪੰਜਾਬ ਕਵਿਤਾ ਕਿਸ ਦੀ ਰਚਨਾ ਹੈ? ਅਮਰਤਾ ਪ੍ਰੀਤਮ ਹਰਪਜਨ ਹੁੰਦਲ ਜਗਤਾਰ ਡਾਕਟਰ ਹਰਪਜਨ ਸਿੰਘ ਰਾਈਟ ਆਨਸਰ ਹੈ ਜੀ ਹਰਪਜਨ ਹੁੰਦਲ ਜੇਕਰ ਕੋਈ ਵੀ ਅਧਿਆਪਕ ਸਾਥੀ ਸਾਡੇ ਕੋਲੋਂ ਮਾਸਟਰ ਕਾਰਡਰ ਪੰਜਾਬੀ ਸਮਾਜਿਕ ਸਿੱਖਿਆ ਅਤੇ ਲੈਕਚਰਾਰ ਪੰਜਾਬੀ ਦੇ ਹੱਥ ਲਿਖਤ ਨੋਟਸ ਪ੍ਰਾਪਤ ਕਰਨਾ ਚਾਹੁੰਦਾ ਹੈ ਤਾਂ ਅਸੀਂ ਕੁੱਲ 10-10 ਕਿਤਾਬਾਂ ਤਿਆਰ ਕੀਤੀਆਂ ਹੋਈਆਂ ਹਨ ਤੁਸੀਂ ਸਾਡੇ ਕੋਲੋਂ ਆਰਡਰ ਕਰਕੇ ਕਿਤਾਬਾਂ ਆਪਣੇ ਘਰ ਬੈਠੇ ਹੀ ਮੰਗਵਾ ਸਕਦੇ ਹੋ ਸਾਡੇ ਨਾਲ ਸੰਪਰਕ ਕਰ ਸਕਦੇ ਹੋ 791500 8800 ਮੈਂ ਤਵਾਰੀਕ ਹਾਂ ਹਿੰਦ ਦੀ ਰਚਨਾ ਕਿਸ ਦੀ ਹੈ ਡਾਕਟਰ ਜਗਤਾਰ ਪ੍ਰੋਫੈਸਰ ਮੋਹਨ ਸਿੰਘ ਅਮਰਤਾ ਪ੍ਰੀਤਮ ਪ੍ਰੋਫੈਸਰ ਪੂਰਨ ਸਿੰਘ ਸੋ ਰਾਈਟ ਹੈ ਜੀ ਅਮਰਤਾ ਪ੍ਰੀਤਮ ਅਸੀਂ ਵੀਡੀਓ ਦੇ ਵਿੱਚ ਜਿੰਨੇ ਵੀ ਪ੍ਰਸ਼ਨ ਡਿਸਕਸ ਕੀਤੇ ਨੇ ਜਾਂ ਅੱਗੇ ਕਰਾਂਗੇ ਉਹ ਸਾਰੇ ਹੀ ਮਹੱਤਵਪੂਰਨ ਪ੍ਰਸ਼ਨਾਂ ਦੀ ਚੋਣ ਅਸੀਂ ਕਰਦੇ ਹਾਂ ਜੋ ਆਮ ਤੌਰ ਤੇ ਪੇਪਰਾਂ ਦਾ ਹਿੱਸਾ ਰਹੇ ਹਨ ਹਰ ਮੋੜ ਤੇ ਸਲੀਬਾਂ ਕਵਿਤਾ ਦਾ ਵਿਸ਼ਾ ਕੀ ਹੈ ਕ੍ਰਾਂਤੀਕਾਰੀ ਸਮਾਜਵਾਦੀ ਧਾਰਮਿਕ ਉਪਰੋਕਤ ਵਿੱਚੋਂ ਕੋਈ ਵੀ ਨਹੀਂ ਰਾਈਟ ਹੈ ਜੀ ਕ੍ਰਾਂਤੀਕਾਰੀ ਹਰ ਮੋੜ ਤੇ ਸਲੀਬਾਂ ਦਾ ਜੋ ਵਿਸ਼ਾ ਹੈ ਉਹ ਹੈ ਕ੍ਰਾਂਤੀਕਾਰੀ ਜਗਤਾਰ ਨੇ ਕਿਹੜੀ ਭਾਸ਼ਾ ਦੀ ਐਮੇ ਕੀਤੀ ਸੀ ਪੰਜਾਬੀ ਫਾਰਸੀ ਉਰਦੂ ਉਪਰੋਕਤ ਸਾਰੇ ਰਾਈਟ ਹੈ ਜੀ ਉਪਰੋਕਤ ਸਾਰੇ ਅਮਰਤਾ ਪ੍ਰੀਤਮ ਨੂੰ ਕਿਹੜੀ ਰਚਨਾ ਲਈ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੁਨੇਹੜੇ ਕਸਤੂਰੀ ਪੱਥਰਗੀਟੇ ਰਾਈਟ ਆਨਸਰ ਹੈ ਜੀ ਸੁਨੇਹੜੇ ਅਮਰਤਾ ਪ੍ਰੀਤਮ ਦੇ ਪਹਿਲੇ ਪੜਾ ਦੀ ਰਚਨਾ ਕਿਹੜੀ ਹੈ ਠੰਡੀਆਂ ਕਿਰਨਾਂ ਸਰਗੀਵੇਲਾ ਲੰਮੀਆਂ ਬਾਟਾਂ ਕਸਤੂਰੀ ਰਾਈਟ ਹੈ ਜੀ ਠੰਡੀਆਂ ਕਿਰਨਾਂ ਅਮਰਤਾ ਪ੍ਰੀਤਮ ਨੂੰ ਪੰਜਾਬ ਦੀ ਆਵਾਜ਼ ਕਿਸ ਨੇ ਕਿਹਾ ਸੰਤ ਸਿੰਘ ਸੇਖੋਂ ਪ੍ਰਿੰਸੀਪਲ ਤੇਜਾ ਸਿੰਘ ਡਾਕਟਰ ਜਗਤਾਰ ਸਿੰਘ ਭਾਈ ਵੀਰ ਸਿੰਘ ਰਾਈਟ ਆਨਸਰ ਹੈ ਜੀ ਪ੍ਰਿੰਸੀਪਲ ਤੇਜਾ ਸਿੰਘ ਡਾਕਟਰ ਜਗਤਾਰ ਨੂੰ ਭਾਸ਼ਾ ਵਿਭਾਗ ਵੱਲੋਂ ਸ਼੍ਰੋਮਣੀ ਪੁਰਸਕਾਰ ਕਦੋਂ ਮਿਲਿਆ 1990 ਈਸਵੀ ਦੇ ਵਿੱਚ 1980 ਈਸਵੀ ਦੇ ਵਿੱਚ 1991 ਅਤੇ 1981 ਈਸਵੀ ਦੇ ਵਿੱਚ ਸੋ ਰਾਈਟ ਆਨਸਰ ਹੈ ਜੀ 1991 ਈਸਵੀ ਦੇ ਵਿੱਚ ਦੁੱਧ ਪੱਥਰੀ ਕਵਿਤਾ ਕਿਸ ਦੀ ਰਚਨਾ ਅਮਰਤਾ ਪ੍ਰੀਤਮ ਪਾਸ ਹਰਪਜਨ ਸਿੰਘ ਡਾਕਟਰ ਜਗਤਾਰ ਸਿੰਘ ਰਾਈਟ ਆਨਸਰ ਹੈ ਜੀ ਡਾਕਟਰ ਜਗਤਾਰ ਅਮਰਤਾ ਪ੍ਰੀਤਮ ਦੀ ਰਚਨਾ ਦਾ ਤੀਜਾ ਪੜਾ 1947 ਤੋਂ 1960 1947 ਤੋਂ 52 1947 ਤੋਂ 61 1947 ਤੋਂ 69 ਸੋ ਆਪਣਾ ਰਾਈਟ ਆਨਸਰ ਹੈ ਜੀ उन्नीस सौ संताली तो लैके उन्नीस सौ साठ ईस्वी तक चीक बुलबुली कविता किस दी रचना है मोहन सिंह मीसा प्रीतम सिंह सफीर इंद्र सिंह उपरोक्त बच्चों कोई नहीं सो रॉइट आंसर है जी मीसा हेठ लिख्या रचना ਐਸ ਐਸ ਮੀਸਾਦੀ ਨਹੀਂ ਹੈ ਸੋਹਣ ਸਿੰਘ ਮੀਸਾਦੀ ਨਹੀਂ ਹੈ ਚੁਰਸਤਾ ਚੀਕ ਬੁਲਬੁਲੀ ਟੀਮੇਵੋਲ ਕੈਕਸਾ ਰਾਈਟ ਆਨਸਰ ਹੈ ਜੀ ਆਪਣਾ ਕੈਕਸਾ ਐਸ ਐਸ ਮੀਸਾ ਨੂੰ ਕਿਹੜੀ ਰਚਨਾ ਲਈ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ ਸੁਬ ਇਸਾਮਾ ਦਸਤਕ ਕੱਚ ਦੇ ਵਸਤਰ ਨਾਗਮਣੀ ਰਾਈਟ ਆਨਸਰ ਕੱਟ ਦੇ ਵਸਤਰ ਹੇਠ ਲਿਖਿਆਂ ਵਿੱਚੋਂ ਕਿਹੜਾ ਗਜ਼ਲਗੋ ਕਵੀ ਸੀ ਅਵਤਾਰ ਪਾਸ ਡਾਕਟਰ ਜਗਤਾਰ surjeet patar ਪ੍ਰਿੰਸੀਪਲ ਤੇਜਾ ਸਿੰਘ ਸੋ ਕਿਹੜਾ ਗਜ਼ਲਗੋ ਸੀ ਡਾਕਟਰ ਜਗਤਾਰ ਪੰਜਾਬੀ ਸਾਹਿਤ ਦੀ ਪਹਿਲੀ ਕਵਿਤਰੀ ਕਿਸ ਨੂੰ ਕਿਹਾ ਗਿਆ ਹੈ ਦਲੀਪਕੌਰ ਟਿਵਾਣਾ ਅਜੀਤ ਕੌਰ ਮਨਜੀਤ ਟਿਵਾਣਾ ਅਮਰਤਾ ਪ੍ਰੀਤਮ ਕਿਸ ਨੂੰ ਕਿਹਾ ਗਿਆ ਜੀ ਅਮਰਤਾ ਪ੍ਰੀਤਮ ਨੂੰ ਪੰਜਾਬੀ ਸਾਹਿਤ ਦੀ ਪਹਿਲੀ ਕਵਿਤਰੀ ਕਿਹਾ ਗਿਆ ਮਹਾਨਾਚ ਰਚਨਾ ਕਿਸ ਕਵੀ ਦੀ ਹੈ ਬਾਬਾ ਬਲਵੰਤ ਸੁਜਾਨ ਸਿੰਘ ਗੁਰਵਖ ਸਿੰਘ ਪ੍ਰੇਮ ਪ੍ਰਕਾਸ਼ ਕਿਸ ਦੀ ਰਚਨਾ ਹੈ ਜੀ ਬਾਬਾ ਬਲਵੰਤ ਅੱਜ ਆਖਾਂ ਵਰਿਸ਼ਾਂ ਨੂੰ ਕਵਿਤਾ ਦਾ ਸਬੰਧ ਕਿਹੜੇ ਦੁਖਾਂਤ ਨਾਲ ਹੈ 1966 ਦੀ ਵੰਡ 1947 ਦੀ ਵੰਡ ਨਾਲ ਪਹਿਲਾ ਅਤੇ ਤੀਸਰਾ ਦੋਵੇਂ ਉਪਰੋਕਤ ਵਿੱਚੋਂ ਕੋਈ ਵੀ ਨਹੀਂ ਰਾਈਟ ਹੈ ਜੀ ਪਹਿਲਾ ਅਤੇ ਤੀਜਾ ਦੋਵੇਂ ਪਹਿਲਾ ਅਤੇ ਤੀਜਾ ਦੋਵੇਂ ਰਾਈਟ ਆਨਸਰ ਹੈ ਜੀ 1947 ਦੀ ਵੰਡ ਦੇ ਨਾਲ ਅਮਰਤਾ ਪ੍ਰੀਤਮ ਨੂੰ ਕਿਹੜੀ ਰਚਨਾ ਲਈ ਗਿਆਨਪੀਠ ਅਵਾਰਡ ਮਿਲਿਆ ਅਨਦਾਤਾ ਨਾਗਮਣੀ ਕਾਗਜ਼ ਤੇ ਕੈਨਵਸ ਚਾਨਣ ਦੀ ਫੁਲਕਾਰੀ ਗਿਆਨਪੀਠ ਅਵਾਰਡ ਮਿਲੇ ਸੀ ਜੀ ਕਿਸ ਲਈ ਕਾਗਜ਼ ਤੇ ਕੈਨਵਸ ਅਮਰਤਾ ਪ੍ਰੀਤਮ ਦਾ ਦਿਹਾਂਤ ਕਦੋਂ ਹੋਇਆ ਸੀ 31 ਅਕਤੂਬਰ 2005 31 ਅਕਤੂਬਰ 2006 30 ਅਕਤੂਬਰ 2005 30 ਅਕਤੂਬਰ 2006 ਰਾਈਟ ਹੈ ਜੀ 31 ਅਕਤੂਬਰ 2005 ਹੇਠ ਲਿਖਿਆਂ ਵਿੱਚੋਂ ਕਿਹੜੀ ਰਚਨਾ ਡਾਕਟਰ ਜਗਤਾਰਦੀ ਨਹੀਂ ਹੈ ਜੁਗਨੂ ਦੀਵਾ ਤੇ ਦਰਿਆ ਸੰਜ ਦੀ ਲਾਲੀ ਤਰੇਲ ਤੋਂ ਉੱਤੇ ਫੁੱਲ ਦੂਜਾ ਅਤੇ ਤੀਜਾ ਦੋਵੇਂ ਸੋ ਰਾਈਟ ਆਨਸਰ ਹੈ ਜੀ ਦੂਜਾ ਅਤੇ ਤੀਜਾ ਦੋਵੇਂ ਐਸ ਐਸ ਮੀਸਾ ਨੂੰ ਕੱਚ ਦੇ ਵਸਤਰ ਰਚਨਾ ਲਈ ਕਦੋਂ ਪੁਰਸਕਾਰ ਮਿਲਿਆ 1973 1971ਵੀ ਦੇ ਵਿੱਚ 1974 1975 ਦੇ ਵਿੱਚ ਰਾਈਟ ਹੈ ਜੀ 1974 10 ਜਾਂ ਆਪਣਾ ਥਾ ਟਿਕਾਣਾ ਕਿੱਥੋਂ ਤੁਰਿਆ ਕਿੱਥੇ ਜਾਣਾ ਸਤਰਾਂ ਕਿਸ ਦੀਆਂ ਹਨ ਸੰਤ ਸਿੰਘ ਸੇਖੋਂ ਕਪੂਰ ਸਿੰਘ ਘੁਮਣ ਕਰਤਾਰ ਸਿੰਘ ਦੁੱਗਲ ਸੋਹਣ ਸਿੰਘ ਮੀਸਾ ਰਾਈਟ ਆਨਸਰ ਹੈ ਜੀ ਸੋਹਣ ਸਿੰਘ ਮੀਸਾ 3ਵੇਂ ਬੋਲਾ ਦਾ ਸ਼ਾਇਰ ਕਿਸ ਨੂੰ ਕਿਹਾ ਜਾਂਦਾ ਹੈ ਸੋਹਣ ਸਿੰਘ ਮੀਸਾ ਕਰਤਾਰ ਸਿੰਘ ਦੁੱਗਲ ਸੋਹਣ ਸਿੰਘ ਸੀਤਲ ਨਾਨਕ ਸਿੰਘ ਰਾਈਟ ਆਨਸਰ ਹੈ ਜੀ ਸੋਹਣ ਸਿੰਘ ਮੀਸਾ ਨੂੰ ਧੀਮੇ ਬੋਲਾਂ ਦਾ ਸ਼ਾਇਰ ਕਿਹਾ ਜਾਂਦਾ ਹੈ ਕਿਸ ਨੂੰ ਕਿਹਾ ਜਾਂਦਾ ਹੈ ਜੀ ਸੋਹਣ ਸਿੰਘ ਮੀਸਾ ਅਮਰਤਾ ਪ੍ਰੀਤਮ ਦੀ ਰਚਨਾ ਦਾ ਤੀਜੇ ਪੜਾ ਦਾ ਸਮਾਂ ਦੱਸੋ 1935 ਤੋਂ 40 1935 ਤੋਂ 41 35 ਤੋਂ 39 35 ਤੋਂ 42 ਸੋ ਰਾਈਟ ਆਨਸਰ ਹੈ ਜੀ 1935 ਤੋਂ 39 ਚੁਣਕਰੀ ਸ਼ਾਮ ਰਚਨਾ ਕਿਸ ਕਵੀ ਦੀ ਹੈ ਅਜੀਤ ਕੌਰ ਡਾਕਟਰ ਜਗਤਾਰ ਗੁਲਜ਼ਾਰ ਸੰਧੂ ਰਾਮ ਸਰੂਪ ਅਣਖੀ ਸੋ ਰਾਈਟ ਆਨਸਰ ਹੈ ਜੀ ਡਾਕਟਰ ਜਗਤਾਰ ਐਸਐਸ ਮੀਸਾ ਕਿਹੜੇ ਵਿਸ਼ੇ ਦਾ ਅਧਿਆਪਕ ਸੀ ਅੰਗਰੇਜ਼ੀ ਫਾਰਸੀ ਪੰਜਾਬੀ ਸੰਸਕ੍ਰਿਤ ਰਾਈਟ ਹੈ ਜੀ ਅੰਗਰੇਜ਼ੀ ਹੇਠ ਲਿਖਿਆਂ ਵਿੱਚੋਂ ਕਿਹੜੀ ਰਚਨਾ ਅਮਰਤਾ ਪ੍ਰੀਤਮ ਦੀਆਂ ਹਨ ਲੰਮੀਆਂ ਬਾਟਾਂ ਲੋਕਪੀੜ ਕਸਤੂਰੀ ਉਪਰੋਕਤ ਸਾਰੇ ਸੋ ਰਾਈਟ ਹੈ ਜੀ ਉਪਰੋਕਤ ਸਾਰੀਆਂ ਰਚਨਾਵਾਂ ਹੀ ਅਮਰਤਾ ਪ੍ਰੀਤਮ ਦੀਆਂ ਹਨ ਸੋ ਏ ਸੀ ਮਾਸਟਰ ਕਾਰਡਰ ਪੰਜਾਬੀ ਦਾ ਟਾਪਿਕ ਆਧੁਨਿਕ ਕਾ ਭਾਗ ਤੀਜਾ ਜਿਸ ਦੇ ਨਾਲ ਸੰਬੰਧਿਤ 30 ਸੌਰੀ 50 ਮਹੱਤਵਪੂਰਨ ਪ੍ਰਸ਼ਨ ਆਪਾਂ ਤੁਹਾਡੇ ਨਾਲ ਸਾਂਝੇ ਕੀਤੇ ਹਨ ਇਸ ਦੇ ਦੋ ਭਾਗ ਹੋਰ ਬਾਕੀ ਹਨ ਜੋ ਆਪਾਂ ਕੱਲ ਅਤੇ ਪਰਸੋਂ ਦੀਆਂ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੇ ਕਰਾਂਗੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਨਾ ਜਿੰਨੇ ਵੀ ਸਾਥੀਆਂ ਨੇ ਹੁਣ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਉਹ ਦੀਪਕ ਸਾਥੀ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਤਾਂ ਕਿ ਤੁਹਾਡੇ ਨਾਲ ਹਰ ਇੱਕ ਅਪਡੇਟ ਅਸੀਂ ਸਾਂਝੀ ਕਰ ਸਕੀਏ ਇਸ ਤੋਂ ਇਲਾਵਾ ਜੇਕਰ ਕੋਈ ਵੀ ਦੀਪਕ ਸਾਥੀ ਸਾਡੇ ਵਟਸਐਪ ਗਰੁੱਪ ਤੇ ਟੈਲੀਗ੍ਰਾਮ ਗਰੁੱਪ ਦੇ ਵਿੱਚ ਸ਼ਾਮਲ ਹੋਣਾ ਚਾਹੁੰਦਾ ਹੈ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੇਕਰ ਕੋਈ ਵੀ ਦੀਪਕ ਸਾਥੀ ਨੋਟਸ ਲੈਣਾ ਚਾਹੁੰਦਾ ਹੈ